ਸਾਡੇ ਸੀਗਾ, ਸਾਡਾ ਮੋਟਰਸਾਈਕਲ ਲੈ ਗਏ ਸੀਗੇ, ਮੋਟਰਸਾਈਕਲ ਇਹਨਾਂ ਦਾ ਸੀਗਾ। ਫਿਰ ਅਨੋਵਾ ਜਦੋਂ ਕੋਈ ਸਰ ਇਹਨਾਂ ਨੇ ਅਨੋਵਾ ਕਹੋ ਗਿਆ ਅੱਗੇ ਕਰਨ ਵਾਲੇ ਨੂੰ ਬੰਦਿਆਂ ਨੂੰ ਪਤਾ ਬਾਈ ਜੀ ਉਹਦੇ ਨਾਲ ਕੋਈ ਨਹੀਂ ਸੀ, ਉਹ ਇਕੱਲਾ ਸੀਗਾ। ਸਪਰੇ ਕਰਨ ਵਾਲੇ ਆਏ ਸੀ 5 ਵਜੇ ਆਏ ਸੀ, ਉਹ ਉਹ 7:30 ਵਜੇ ਆਇਆ ਜੀ ਭਿੰਡੀ ਕੋਲ। ਸਾਤੇ ਨੂੰ ਕੋਲ ਪਏ ਨੇ ਬੈਠਾ ਉੱਥੇ ਬੰਦੇ ਇਧਰੋਂ ਗਏ ਨੇ ਅਣਪਛਾਤੇ ਦੋਵੇ, ਉਹ ਜਦ ਗਏ ਉੱਥੇ ਉਹਦੇ ਕੋਲ ਹੱਥ ਹੱਥ ਮਿਲਾਇਆ, ਉਹ ਕਹਿੰਦਾ ਚਲੋ ਚਾਹ ਪਿਲਾਉਣਾ। ਬਸ ਉਹਨਾਂ ਨੇ ਗੋਲੀਆਂ ਮਾਰੀਆਂ, ਹੁਣ ਇਹ ਨਹੀਂ ਪਤਾ ਸਿੱਧੀ ਇੱਥੋਂ ਮਾਰੀਆਂ ਜਾਂ ਇੱਧਰੋਂ, ਛਾਤੀ 'ਚ ਵੀ 2 ਲੱਗੀਆਂ ਹੋਈਆਂ, 4 ਤਾਰਾਂ ਉਹਦੇ ਮੌਕੇ 'ਤੇ ਪਏ ਨੇ ਉੱਥੇ ਹੁਣ ਜਿਹੜੇ ਦੇਖੇ ਨੇ। ਬਾਕੀ ਉਹ ਇੱਥੋਂ ਹੀ ਫਾਇਰ ਕਰਦੇ ਗਏ ਨੇ, ਫਿਰ ਇੱਕ ਦਾ ਮੂੰਹ ਮੰਨਿਆ ਸੀ, ਇੱਕ ਦਾ ਖੁੱਲ੍ਹਾ ਸੀਗਾ। ਉਹ ਗਏ ਜੀ ਮੋਟਰਸਾਈਕਲ ਸਰਪੰਚ ਦਾ ਹੀ ਲੈ ਕੇ ਗਏ ਨੇ ਮੰਦੀ ਦਾ, ਇੱਥੋਂ ਉੱਥੇ ਖੜਾ ਸੀਗਾ ਮੋਟਰ 'ਤੇ, ਉਹਦਾ ਬੁਲਟ ਲੈ ਗਿਆ ਇੱਥੋਂ। ਫਿਰ ਭਤੀਜਾ ਮਹਿੰਦੀ ਦਾ ਮਗਰ ਜੋ ਪਤਾ ਲੱਗਿਆ ਵੀ ਭਈਏ ਰੌਲਾ ਮੈਂ ਸਰਦਾਰ ਮਾਰਦਾ, ਇਹਨੇ ਫਿਰ ਇੱਥੋਂ ਕਾਰ ਮਗਰ ਲਾ ਗਿਆ ਉਹਦੇ, ਉਹ ਜਾਂ ਬੁਲਟ 'ਤੇ ਗਏ। ਫਿਰ ਜਾ ਕੇ ਇਹਨੇ ਗਾਹਾਂ ਜਾ ਕੇ ਉਹਦੇ ਵਿੱਚ ਬੁਲਟ ਅਤੇ ਆਪਣੀ ਕਾਰ ਮਾਰੀ, ਬੁਲਟ ਛੱਡਤਾ। ਫਿਰ ਉਹਨੇ ਇਹਦੇ ਵੀ ਫਾਇਰ ਮਾਰਿਆ, ਉੱਥੇ ਟੇਢ ਟੂਟ ਦੇ ਦਿੱਤੀ ਉਹਨੀਆਂ ਨੇ। ਫਿਰ ਉਹਨਾਂ ਨੇ ਉੱਥੇ ਨਵਾ ਖੋਲੀ ਕਿਸੇ ਦੀ,
ਨੋਆ ਖੋ ਕੇ ਫਿਰ ਆ ਪਿੰਡ ਚ ਲਿਆ ਕੇ ਰਸੂਲੜੇ ਵੜ ਕੇ ਉੱਥੇ ਫਿਰ ਮੁਸਲਮਾਨਾਂ ਦੇ ਮੁੰਡੇ ਦਾ ਮੋਟਰਸਾਈਕਲ ਖੋਇਆ। ਹਾਂ ਫਿਰ ਪਹਿਲਾਂ ਦੋ ਮੋਜਰ ਉਹਨਾਂ ਦੇ ਹੱਥ 'ਚ ਸੀ, ਫਿਰ ਇੱਕ ਉਹਨਾਂ ਨੇ ਗੱਡੀ 'ਚੋਂ ਚੱਕਿਆ ਨੋਆ 'ਚੋਂ, ਫਿਰ ਉਹ ਐਵੇਂ ਉੱਥੋਂ ਪੈ ਕੇ ਉਹ ਰਸਤੇ ਨੂੰ ਬਹੁ ਮਾਜਰੇ ਕੰਨੇ ਨਿਕਲ ਗਏ। ਦੋ ਬੰਦੇ ਸੀਗੇ ਮੋਟਰਸਾਈਕਲ 'ਤੇ, ਪਹਿਲਾਂ ਮਨੋਆ ਜਾਏ ਨੇ, ਉਹ ਵੀ ਕਿਸੇ ਦੀ ਖੋ ਕੇ ਲਿਆਏ ਨੇ ਖੰਨੇ, ਉਹ ਇੱਥੋਂ ਸਰਪੰਚ ਦਾ ਮੋਟਰਸਾਈਕਲ ਲੈ ਕੇ ਇਹ ਜੀ। ਹੁਣ ਮੂੰਹ ਤਾਂ ਬੰਨੇ ਹੋਏ ਸੀ ਉਹਨਾਂ ਦੇ, ਉਹਨੇ ਹੀ ਸੀ। ਹਾਂਜੀ ਇਹ ਤਾਂ ਜੀ ਦੁਸ਼ਮਣੀ ਵਾਲਿਆਂ ਦਾ ਕੰਮ ਹੈ ਜੀ, ਕਿਸੇ ਦੁਸ਼ਮਣ ਮਗਰ ਗਿਆ ਹੋ ਸਕਦਾ, ਮਾੜਾ ਮੋਟਾ ਉਹਨੇ ਪਛਾਣ ਕਰ ਲਈ ਹੋਵੇ। ਹੁਣ ਪਹਿਲਾਂ ਤਾਂ ਬਚਾਉਣ ਦੀ ਪਈ ਆ ਵੀ ਇਹਨੂੰ ਬਚਾ ਲਈਏ ਕਰੋੜ ਮਹਿੰਦੀ ਨੂੰ। ਪੁਜੀਸ਼ਨ ਜੀ ਹੁਣ ਪਤਾ ਲੱਗੂਗਾ ਜੀ, ਹੁਣ ਆਏ ਨੇ ਉੱਥੇ ਤਾਂ ਹਾਲੇ ਕੋਈ ਪਤਾ ਨੀ ਲੱਗਿਆ ਪੁਜੀਸ਼ਨ ਦਾ ਉਹਦੀ, ਦਾ ਅੰਦਰ ਤਾਂ ਜਾਣ ਨੀ ਦਿੰਦੇ ਜੀ ਹਾਲੇ ਕਿਸੇ ਨੇ, ਸੀਰੀਅਸ ਆ ਕਹਿੰਦੇ ਨੇ ਜਿਵੇਂ ਹੁਣ ਸਿਰ 'ਚ ਗੋਲੀ ਲੱਗੀ। ਹੁਣ ਕਿਸਮਤ ਆ ਜੀ ਸੱਚੇ ਪਾਤਸ਼ਾਹ ਬਚਾ ਦੇਵੇ ਤਾਂ ਚੰਗੀ ਗੱਲ ਆ, ਪੱਕਾ ਸਰਪੰਚ ਆ, ਫੈਸਲੇ ਇਹੀ ਕਰਦਾ ਜੀ ਸਾਡੇ ਪਿੰਡ ਦੇ। ਹੁਣ ਵੀ ਜਿਹੜੇ ਵੀ ਕਰਦਾ ਜਿਹੜਾ ਕਹਿੰਦਾ ਕਰਤਾ, ਬਸ ਇੱਕ ਨੰਬਰ ਕੰਮ ਕਰ ਰਿਹਾ ਪਿੰਡ ਦਾ ਸਾਡੇ ਦਾ। ਹੁਣ ਵੀ ਇਹ ਜਿਹੜਾ ਕਹਿੰਦਾ ਉਹਦਾ ਕੰਮ ਹੋ ਗਿਆ, ਕਿਸੇ ਨੇ ਜਵਾਬ ਨਹੀਂ ਦਿੱਤਾ ਕਦੇ। ਗੁਡਾਈ ਕਰ ਰਹਾ ਥਾ ਕੋਈ, ਉਸ ਸਮੇਂ ਜਬ ਦੇਖੇ ਕਿ ਧੂੰਆਂ ਉਧਰ ਸੇ ਫਟਾਕਾ ਕੀ ਆਵਾਜ਼ ਆਇਆ, ਤੋ ਮੈਂ ਉਧਰ ਦੇਖਾ, ਫਿਰ ਉਸਕੇ ਬਾਅਦ ਉਧਰ ਸਰਦਾਰ ਕੇ ਪਾਸ ਆ ਗਿਆ ਭਾਗਦੇ ਹੋਏ, ਜਾ ਰਹਾ ਹੂੰ ਸਰਦਾਰ ਕੇ, ਗੋਲੀ ਵੀ ਚੱਲ ਰਹਾ ਹੈ, ਸਰਦਾਰ ਕੇ ਪਾਸ ਆ ਗਿਆ ਦੌੜਦੇ ਦੌੜਦੇ, ਸਰਦਾਰ ਕੋ ਕਹਾ ਜਬ ਤੱਕ ਉਧਰ ਸੇ ਉਹ ਆਦਮੀ ਇਧਰ ਬਾਈਕ ਸੇ ਚਲਾ ਗਿਆ। ਬਾਈਕ ਸੇ ਬਾਈਕ ਲੈ ਕੇ ਗਏ ਥੇ ਉਸ ਸਰਦਾਰ? ਨਹੀਂ ਸਰਦਾਰ ਕੀ ਬਾਈਕ ਥਾ, ਸਰਦਾਰ ਕੀ ਬਾਈਕ ਲੈ ਕੇ ਗਏ। ਕਿਤਨੇ ਆਦਮੀ ਥੇ? ਕਿਤਨੇ ਆਦਮੀ ਥੇ? ਉਸ ਪੇ ਤੇ ਦੋ ਹੀ ਥਾ, ਦੋ। ਕੌਨ ਸਾ ਬਾਈਕ ਥਾ? ਉਹ ਬੁਲੇਟ ਥਾ, ਬੁਲੇਟ। ਸਰਦਾਰ ਕੋ ਕਿਤਨੀ ਗੋਲੀ ਮਾਰੀ? ਉਹ ਤੋ ਜੀ ਵਹਾਂ ਪੇ ਗਏ ਨਹੀਂ ਕਿਆ ਹੂੰ, ਗੋਲੀ ਮਾਰਾ ਹੈ, ਕਿਤਨਾ ਮਾਰਾ ਹੈ ਨਹੀਂ ਮਾਰਾ ਹੈ, ਉਹ ਤਾਂ ਗੋਲੀ ਕਾ ਆਵਾਜ਼ ਸੁਣਾ ਹੂੰ ਤੋ ਮੈਂ ਸਰਦਾਰ ਕੇ ਪਾਸ ਆਇਆ ਹੂੰ ਡਾਇਰੈਕਟ, ਕਿ ਸਰਦਾਰ ਕੋ ਜਾ ਰਹਾ ਹੂੰ ਦੱਸ ਦੇਤਾ ਹੂੰ। ਤੋ ਆਪਨੇ ਦੇਖਾ ਉਨ ਲੋਗੋਂ ਕੋ ਜੋ ਭਾਗ ਰਹੇ ਥੇ? ਕੈਸੇ ਵੀ ਸਰਦਾਰ ਨਹੀਂ, ਉਧਰ ਤੋ ਬਸ ਦੇਖਾ ਹੂੰ ਸਿਰਫ ਕੋਈ ਧੂਆਂ ਕਾ ਆਵਾਜ਼ ਔਰ ਗੋਲੀ ਕਾ ਆਵਾਜ਼, ਉਸਕੇ ਬਾਅਦ ਉਧਰ ਸੇ ਭਾਗਤੇ ਹੂੰ ਮੈਂ ਸਰਦਾਰ ਕੇ ਪਾਸ ਆਇਆ, ਉਧਰ ਤੋ ਨਹੀਂ ਗਿਆ ਹੂੰ, ਨਹੀਂ ਦੇਖਾ ਹੂੰ, ਫਿਰ ਆ ਕੇ ਸਰਦਾਰ ਕੋ ਦੱਸਾ। ਹਾਂ ਹਾਂ ਜੀ, ਉਹ ਜਦ ਤੱਕ ਗੋਲੀਆਂ ਚਲਾ ਰਹੇ ਥੇ ਕੈਸੇ ਜਾ ਰਹੇ ਥੇ? ਹੁਣ ਇਧਰ ਯਹਾਂ ਪੇ ਘਰ ਪੇ ਚਲਾਇਆ ਹੈ ਦੋ। ਹਾਂ ਜੀ ਹਾਂ ਜੀ ਮਾਮਾ ਜੀ। ਤੇ ਕੀ ਇਨਸੀਡੈਂਟ ਹੋਇਆ ਤੁਹਾਡੇ ਨਾਲ? ਕੋਈ ਨਹੀਂ ਹੋਇਆ ਜੀ, ਮੋੜ ਤੇ ਬਸ ਟੱਕਰੇ ਨੇ ਮੈਨੂੰ, ਉਹ ਮੋੜ ਤੇ ਉੱਥੇ ਮੇਰਾ ਮਾੜਾ ਜਿਹਾ ਲੱਗਿਆ ਵਿੱਚ, ਮੈਂ ਰੁਕ ਗਿਆ, ਰੁਕਣ ਨਾਲ ਉਹਨਾਂ ਨੇ ਮੇਰੇ ਪਿਸਤੌਲ ਲਾ ਲਿਆ ਕਰਨ ਨਾਲ, ਕਹਿੰਦੇ ਮੋਟਰਸਾਈਕਲ ਥੱਲੇ ਉੱਤਰ ਜਾ। ਬਸ ਇੰਨੀ ਗੱਲ ਆ, ਮੈਂ ਮੋਟਰਸਾਈਕਲ ਥੱਲੇ ਉੱਤਰ ਗਿਆ, ਆਪ ਦੋਏ ਉੱਤਰੇ, ਇੱਕ ਵਿੱਚ ਗੱਡੀ ਦੇ ਉੱਤਰਿਆ, ਦੋਏ ਬੈਠੇ ਆ ਇਹਨੂੰ ਮੁੜ ਕੇ। ਖੁੱਲੇ ਸੀ ਮੂੰਹ? ਕਿਹੋ ਜਿਹੇ ਬੰਦੇ ਸੀਗੇ? ਮੋਣੇ ਸੀ। ਕਿੰਨੀ ਕੁ ਉਮਰ ਸੀ ਮੁੰਡੇ? 28-30 ਸਾਲ ਦੇ ਤਾਂ ਹੈਗੇ ਸੀ ਜੀ। ਮੈਨੂੰ ਕੋਈ ਪਤਾ ਨੀ ਲੱਗਿਆ ਜੀ, ਮੈਂ ਤਾਂ ਰੁਕ ਗਿਆ, ਮੇਰੇ ਮਾੜਾ ਜਿਹਾ ਲੱਗ ਗਈ ਸੀ ਨਾ ਮੋਟਰਸਾਈਕਲ, ਆਇਆ ਤੇਜ਼ ਮੁੜੀ ਗੱਡੀ ਇਹ, ਮੈਂ ਵੀ ਇੱਥੋਂ ਮੋੜਨ ਲੱਗਿਆ, ਮਾੜੀ ਜਿਹੀ ਲੱਗ ਗਈ, ਮੈਂ ਉੱਥੇ ਗੇਟ ਮੂਹਰੇ ਰੁਕ ਗਿਆ, ਜਾਨੂੰ ਵਿੱਚੋਂ ਲਿਖ ਰਿਹਾ ਕਿ ਉਹਨੇ ਮੇਰੇ ਕੰਨ ਨਾਲ ਲਾਈ, ਕਹਿੰਦਾ ਮੋਟਰਸਾਈਕਲ ਥੱਲੇ ਉੱਤਰ ਜਾ। ਕਿੱਧਰ ਨੂੰ ਗਏ ਫਿਰ? ਇੱਧਰ ਨੂੰ ਗਏ ਨੇ ਜੀ। ਕਿਹੜੇ ਪਿੰਡ ਵੱਲ? ਇੱਧਰ ਬਹੁ ਮਾਜਰੇ ਨੂੰ ਗਏ।